ਹਾਂਜੀ ਕੋਈ ਤੜਕੇ ਆ ਚਾਵਲ ਪਕਾਉਂਦਾ ਪਿਆ ਸਾਡੀ ਸਾਜ ਮਹਜਤ ਉਹਨਾਂ ਨੇ ਬਾਬਿਆਂ ਬਾਬਿਆਂ ਦਾਵਤ ਕੀਤੀ ਸੀ ਬਾਬਿਆਂ ਸਾਰੇ ਦੇ ਨਵਾਜ਼ ਪੜ੍ਹਨ ਜਾਂਦੇ ਨਾ ਉਹਦੇ ਸਾਹਿਬ ਨੂੰ ਅੱਛਾ ਅੱਜ ਸਾਰੇ 2 ਵਜੇ ਮਹਜਤ ਦੇ ਦਾਵਤ ਖਾਣਾ ਖਾਣਾ ਸਾਰੇ ਜਿਹੜੇ ਬਾਬੇ ਨੂੰ ਉਹਨੇ ਘਰ ਕਹਿੰਦੇ ਨੇ ਤੇ ਨਿਕਲੀ ਆਇਆ ਨਿਕਲੀ ਖਾਣਾ ਕਰ ਕੱਚੀਆਂ ਮੋਟੂ ਨਹੀਂ ਅੱਜ ਕੱਲ੍ਹ ਨਜ਼ਰ ਆਉਂਦਾ ਪਿਆ ਉਹ ਆਪਣੇ ਈਦ ਤੋਂ ਪਹਿਲਾਂ ਦੇ ਨਾਮ 'ਤੇ ਗਏ ਆਏ ਸਨ ਅੱਗੇ ਦਿਲ ਧਾਰਨ ਵਾਸਤੇ ਆਏ ਸਨ ਪੱਕੀ ਫਿਰ ਕੋਈ ਚੀਜ਼ ਤੁਹਾਡੇ ਸਿਰ ਚੜੀ ਹੁਣ ਨਾਲੇ ਬਾਜੀ ਗਰਮੀ ਹੈ ਨਾ ਹਾਂ ਉਹਦੇ ਨਾਲ ਵੀ ਆਇਆ ਜੀ ਸਾਰੀ ਪੱਕੀ ਲਾ ਦੀ ਜੇ ਮੈਨੂੰ ਪੱਕੀ ਹੈ ਨਾ ਇਹ ਵੀ ਪੱਕੀ ਜੇ ਸ਼ੁਕਰ ਅਲਹਮਦੁਲਿਲਾ ਸ਼ੁਕਰ ਉਹਦੀ ਮੰਮੀ ਤੇ ਵੀ ਇੰਜ ਹੀ ਰਹੇ ਨਾ ਮੈਂ ਕਹਿੰਦੀ ਹਾਂ ਸਵੇਰ ਫੋਨ ਕੀਤਾ ਬੜੀ ਖੁਸ਼ ਸੀ ਕੀ ਮੈਂ ਕਿਹਾ ਖੈਰ ਹਾਂਜੀ ਬੜੇ ਸੋਹਣੇ ਮੌਸਮ ਉੱਤੇ ਹੋਇਆ ਹੈ ਕਾਲੇ ਸਿਆਹ ਬੱਦਲ ਆਏ ਤੇ ਬਸ ਸਹੀ ਹੈ ਮੈਂ ਕਹਿੰਦੀ ਸਭ ਮੈਂ ਕਿਹਾ ਨਾ ਤੂੰ ਹੋਰ ਮੋਟੀ ਹੋਈ ਮੈਨੂੰ ਤਾਂ ਐਸੇ ਬੁਖਾਰ ਨਾਲ ਘੱਟ ਹੋ ਗਈ ਆਂਦੀ ਆਪੀ ਹੋਈ ਸਾਂ ਵਿੱਚ ਤੇ ਹੁਣ ਨਾ ਹੋਰ ਫੇਰ ਹੋ ਗਈ ਹੁਣ ਨਾ ਜੱਟੀ ਜੱਟੀ ਜਿਵੇਂ ਜੱਟੀਆਂ ਨਹੀਂ ਹੋਈਆਂ ਦਾਦੋ ਨੀਚੇ ਬੁਲਾ ਰਹੀ ਹੈ ਜਾਓ ਪੁੱਛੋ ਜਾ ਕੇ ਨੀਚੇ ਜਾਓ ਕੀ ਕਰਨਾ ਤੂੰ ਬਾਈ ਕਿੱਥੇ ਗਏ ਜੀ ਭਾਈ ਸਾਹਿਬ ਸੁੱਤੇ ਨੇ ਭਾਈ ਸੁੱਤੇ ਨੇ ਫਰਕ ਪਿਆ ਆ ਗਿਆ ਨਾ ਸਾਰੀਆਂ ਫਿਕਰਾਂ ਲਾ ਕੇ ਲਗਾ ਕੇ ਨੇ ਨੇ ਸੁਦੇ ਸਾਥ ਦੇ ਨੇ ਆ ਮੈਂ ਨਹੀਂ ਜਾਣਾ ਕਿੱਧਰ ਫਲ ਲੈਣ ਰੱਖਾ ਮੈਂ ਕਿਹੜਾ ਫਲ ਲੈਣ ਪੱਕੀਆਂ ਜੇ ਸਾਰੀਆਂ ਲੱਗਦੀਆਂ ਨੇ ਇਹ ਹੋ ਕੇ ਆਏ ਨਾ ਦਾਦੋ ਕੱਖ ਸੇਤੀ ਰੰਗ ਜਾਏਗੀ ਮੇਰੇ ਸਾਥ ਨਹੀਂ ਜਾਣਾ ਉਹਨਾਂ ਨੇ ਮੰਗਣੀ ਹਾਲੇ ਨਹੀਂ ਏਡੀ ਵੱਡੀ ਕਰਨੀ ਹੈ ਕਹਿੰਦੇ ਸਾਂ ਫਿਰ ਉਸਦੇ ਲੈ ਤੇ ਉਹਨਾਂ ਤੈਨੂੰ ਮੰਗਣੀ 'ਚ ਬਾਹਰ ਤਾਂ ਨਿਕਲ ਉਤਰਾ ਭਰਾ ਵੀ ਤਿਆਰ ਹੋਇਆ ਤੇ ਵੀ ਤਿਆਰ ਹੋ ਗਿਆ ਮੀਰਲ ਵਗੈਰਾ ਨਹੀਂ ਹੈ ਘਰ ਮੀਰਲ ਵੀ ਤੇ ਦੂਸਰੀ ਵੀ ਇਹਦਾ ਸਲੂਕ ਉਹਦੇ ਨਾਲ ਹੈ ਨਾ ਮੀਰਲ ਹਨਾ ਮੀਸਮ ਕੇ ਸਾਥ ਆਪ ਕਾ 57 ਉਹਨੇ ਨੋਟ ਵੀ ਕੀਤਾ ਅੱਜ ਲੀਖਾਂ ਵੀ ਪਈਆਂ ਹੋਣ ਨਾ ਇੰਨੀ ਹਾਰਿਸ਼ ਹੁੰਦੀ ਪਸੀਨਾ ਪਤਾ ਹੀ ਨਹੀਂ ਸੀ
ਇਹ ਗਰਮੀ ਤਾਂ ਬਾਜੀ ਪੈਂਦੀ ਆ ਇਧਰ ਨਾ ਯਾਦ ਹੈ ਸਿਰ ਚ ਤੇ ਆਈ ਨਹੀਂ ਨਾ ਮੇਰੇ ਬੱਚਿਆਂ ਨੂੰ ਸੇਤ ਨਹੀਂ ਆਈ ਨਾਰਮਲ ਚਲੇ ਮੀਂਹ ਸਭ ਤੇ ਸੋ ਕੇ ਆਈ ਨਾ ਆਲ ਉਹਨਾਂ ਦੇ ਸਿਰ ਚ ਆਇਆ ਨਾ फिर साफ हो ना तड़ा से पहले मैं बाजी चौथी बच्च हाँ जो तो मैं सिर वेखना शुरू किया शुरू तो बड़ा शौक है मेरी काम वाली कहती है बाजी मेरे सिर च नहीं पैंदियां मैं किसी दे सिर च फड़ के ना अपने सिर च पानी चंगा कर दी ने लोकां दे बाल वहांदे चाची भी वेख लैंदी सी बाजी ऊपर आई हैं तो आपने नीचे भेज दिया उनको फिर सारा ठीक है उस मुंडे दी तस्वीर लाई हैं तो मैं लिख के लिया बिल्कुल छोटी सारा है हाँ जी लगा 10 रुपया मिलता है महत वर्ग महत प्यो तो ਆਇਆ ਇਸ ਵਾਰ ਫੋਨ ਰੋਜ਼ੀ ਗਈ ਹੈ ਉਧਰ ਇਹ ਮੈਸੇਜ ਨਹੀਂ ਕਰਦੀ ਰਹੀ ਹੈ ਅੱਛਾ ਕੁੜੀ ਨੂੰ ਹੋਰ ਕਿੰਨੇ ਦਿਨ ਹੋ ਗਏ ਨਾ ਕੋਈ ਗੱਲਬਾਤ ਹੀ ਕੋਈ ਨਹੀਂ ਕੀਤੀ ਤੇ ਆਂਦੀ ਰੋਜ਼ੀ ਕਿੱਥੇ ਬੋਲ ਗਈ ਹੈ ਮੈਂ ਫੋਨ ਕੀਤਾ ਮੈਂ ਕੁੱਤੀ ਘਰ ਗਈ ਸੀ ਉਹ ਤਾਂ ਰੋਜ਼ੀ ਨਾਲ ਦੇ ਵੀ ਬੜਾ ਸੁਰ ਅੱਜ ਵੀ ਗਈ ਸੀ ਦੋ ਹਫ਼ਤਾ ਰਹਿ ਕੇ ਆਈ ਸੀ ਦਵਾਈ ਸੀ ਤੇ ਸਵੇਰੇ ਫੋਨ ਕੀਤਾ ਤੇ ਢਿੱਲੀ ਢਿੱਲੀ ਬੋਲਦੀ ਸੀ ਮੈਂ ਕਿਹਾ ਕੀ ਹੋਇਆ ਸਾਰਾ ਆਂਦੀ ਤੇਰੀ ਧੀ ਸਾਰੀ ਰੋਣਕ ਲੈ ਗਈ ਹੈ ਤੂੰ ਤੇਰੀ ਧੀ ਨੇ ਰੋਣਕ ਲਾਈ ਸੀ ਸਾਡੇ ਘਰ ਮੈਂ ਚੱਲ ਈਦ ਨਾ ਆਉਂਦੀ ਫਿਰ ਉਹ ਰੱਖ ਲੈਂਦੀ ਛੁੱਟੀਆਂ ਹੋਈਆਂ ਉਹਨੇ ਹੁਣ ਈ ਸੀ ਤੇ ਹੁਣ ਸਾਰੀ ਗੱਲ ਘਰ ਤੋਂ ਹੋਣੀ ਸੀ ਹਾਂ ਤੇ ਆਇਆ ਸੀ ਉਹਨੇ ਆ 2 ਮਹੀਨੇ ਨਾਲ ਨਾ ਆਇਆ ਨਹੀਂ ਘਰ ਉਹ ਜੋ ਇੱਕ ਦਾ ਬੱਚਾ ਹੋਇਆ ਹੈ ਫਿਰ ਉਹ ਬੇਟਾ ਉਹ ਵੀ ਕਿੰਨਾ ਨਹੀਂ ਮੈਨੂੰ ਤਾਂ ਨਹੀਂ ਹੂੰ ਮੁੱਠੀ ਹੋ ਗਈ ਹੈ ਨਹੀਂ ਹੋਈ ਨਹੀਂ ਉਹ ਨੂੰ ਵੀ ਆਪਣੇ ਆਪ ਬੜਾ ਧਿਆਨ ਰੱਖਦੇ ਨੇ ਬੰਦਾ ਕਹਿੰਦਾ ਸੀ ਬਾਜੀ ਸੋਹਣਾ ਸੋਹਣਾ ਸੀ ਕਿ ਆਪੀ ਜ਼ਿਆਦਾ ਸੋਹਣੀ ਆਪੀ ਜ਼ਿਆਦਾ ਸੋਹਣੀ ਉਹ ਸਾਰੇ ਸਾਂਭਦੇ ਸਾਂਭਦੇ ਅਤੇ ਵੀ ਕਰੀਮਾਂ ਲਾਉਂਦੀ ਸੀ ਹੋਰ ਕੀ ਕਰ ਸਾਰਾ ਨੇ ਦੱਸਿਆ ਸੀ ਬਾਜੀ ਨੇ ਗੋਲਡਨ ਪਰਲ ਉਰੇ ਲਾਉਂਦੇ ਨੇ ਸਾਰਾ ਡੱਬਾ ਆਹੋ ਕਹਿੰਦੇ ਨੇ ਗੁਲਫਾਮ ਵੀ ਸਾਡਾ ਲੰਬਾ ਸੀ पता ही नहीं है मेरे हाथ से नाया क्या कर रही हो नाया अभी बिस्किट ले लो छोड़ दो रोजिया आपने उल्टा गला पहना हुआ नहीं आगो पीछे के जैसा ये फैशन है आपको नहीं पता नहीं दादा बूढ़ी हो गई अब दादो को नहीं पता ਕੱਖ ਨਹੀਂ ਨਜ਼ਰੀ ਚੜ੍ਹਦੀ ਵੀ ਮੇਰੀ ਕੋਈ ਹੈਂ
पता नहीं उस दिन कहते सब जो लॉकडाउन रहा ना तो फिर बाजी तो ऐसी मैं क्या भाई दूसरे फिर तुम पता बाजी गिला कर दें अच्छा नहीं हूँ उस तो बाद मेरे ख्याल से डिसाइड गए चेंज कर छड़िया ने क्योंकि लॉकडाउन नहीं ना हो लॉकडाउन होता तो फिर सारे आने से तुम पता डिफिकल्टी है नहीं मैं क्या इधर दूजा दिन ही रहन दें ना असि आराम ना दूजा दिन अटेंड करके तो लोग निकल जाते अरहम को भी देना है ओ अली को अरहम को रोजी खुद डिवाइड करो इनमें इधर आओ मेरे पास सारे बिस्किट लेके आओ अरे कौन है पक्की